ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੇ ਯੂਟਿਊਬ ਚੈਨਲ ਤੇ ਤੇ ਮੈਂ ਤੁਹਾਡਾ ਆਪਣਾ ਵਿਜੋਤ ਗਾਖਲ ਤੇ ਤੁਸੀਂ ਦੇਖ ਰਹੇ ਹੋ ਗਾਖਲ ਵਲੌਗਸ ਤੇ ਅੱਜ ਆਪਾਂ ਜਾਣਾ ਹੈਗਾ ਆ ਤਰਨ ਸਾਹਿਬ ਮੱਥਾ ਟੇਕਣ ਉੱਥੇ ਮੇਲੇ ਚੱਲਦੇ ਪਏ ਆ ਤੇ ਤੁਹਾਨੂੰ ਵੀ ਪੂਰੀ ਵੀਡੀਓ ਜ਼ਰੂਰ ਦਿਖਾਵਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਸਕਿੱਪ ਨਾ ਕਰਿਓ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਕਮੈਂਟ ਕਰਨਾ ਨਾ ਭੁੱਲਿਓ ਵੱਧਦੇ ਆਪਾਂ ਆਪਣੀ ਵੀਡੀਓ ਵੱਲ ਤੇ ਲੋ ਵੀ ਹੁਣ ਆਪਾਂ ਪਹਿਲਾਂ ਗੱਡੀ ਬਾਹਰ ਕੱਢ ਲਈਏ ਆਪਣੀ ਗੱਡੀ ਵੀ ਬਹੁਤ ਗੰਦੀ ਹੋਈ ਹੋਣੀ ਉੱਦਾਂ ਓਹੋ ਕਾਲੇ ਰੰਗ ਦਾ ਯਾਰ ਆਹੀ ਪੰਗਾ ਦੇਖੋ ਕਿੱਦਾਂ ਲਿਬੜੀ ਆ ਟਾਇਰਾਂ ਦੀ ਹਾਲੀ ਦੇਖ ਲਓ ਜਦੋਂ ਹੁਣ ਮੀਂਹ ਪਿਆ ਸੀ ਉਹਨਾਂ ਕੀ ਹੋਈ ਇੱਥੇ ਵੀ ਦੇਖ ਰਹੇ ਹਾਂ ਜਾਂਦੇ ਹੋਏ ਮੇਰੇ ਹਿਸਾਬ ਨਾਲ ਤਾਂ ਬਰਫ਼ ਉਭਾਰਾ ਮਰ ਬਣਵਾਂਗੇ ਅਤੇ ਹੁਣ ਆਪਾਂ ਦੇਖੀਏ ਇਹਨੂੰ ਕਰੀਏ ਸਟਾਰਟ ਉਹ ਵੀ ਅਤੇ ਹੁਣ ਆਪਾਂ ਪਹਿਲਾਂ ਇਹਨੂੰ ਏ ਸੀ ਵਗੈਰਾ ਲਾਈਏ ਇੱਕ ਤਾਂ ਯਾਰ ਸ਼ਾਮੇ ਖੜ੍ਹੀ ਗੱਡੀ 'ਤੇ ਵੀ ਨਾ ਸ਼ੈੱਡ ਥੱਲੇ ਖੜ੍ਹੀ ਆ ਸਾਡੇ ਤਾਂ ਵੀ ਵਿੱਚ ਗਰਮੀ ਬਹੁਤ ਹੁੰਦੀ ਪਸੀਨੋ ਪਸੀਨੀ ਹੋਏ ਅਤੇ ਬਾਕੀ ਹੁਣ ਆਪਾਂ ਕੱਢੀਏ ਗੱਡੀ ਬਾਹਰ ਹੁਣ ਆਪਾਂ ਜਾਣਾ ਹੈਗਾ ਤਰਨ ਸਾਹਿਬ ਮੱਥਾ ਟੇਕਣ ਗੱਡੀ 'ਚ ਅਤੇ ਨਾਲ ਸ਼ਾਇਦ ਇੱਕ ਪਾਸੇ ਹੋਰ ਜਾ ਕੇ ਆਈਏ ਅਤੇ ਦੇਖਦੇ ਹਾਂ ਹੁਣ ਆਪਾਂ ਚਲੋ ਉਹ ਵੀ ਹੁਣ ਆਪਾਂ ਪਹਿਲਾਂ ਗੱਡੀ ਤੋਂ ਚੱਲਿਆਂਗੇ ਉਹ ਵੀ ਬਹੁਤ ਲਿਬੜੀ ਸੀਗੀ ਫੇਰ ਜਾਵਾਂਗੇ ਆਪਾਂ ਗੁਰਦੁਆਰੇ ਚਲੋ ਉਹ ਵੀ ਹੁਣ ਆਪਾਂ ਗੱਡੀ ਤੋਂ ਹੁਣ ਪਹੁੰਚ ਗਏ ਹਾਂ ਹੁਣ ਆਪਣੀ ਗੱਡੀ 'ਤੇ ਸ਼ੈਂਪੂ ਵੱਜਦਾ ਪਿਆ ਅਤੇ ਹੁਣ ਤੁਹਾਨੂੰ ਮਿਲਦੇ ਆ ਧਵਾ ਕੇ ਹੁਣ ਆਪਾਂ ਤੁਰ ਪਏ ਹਾਂ ਗੁਰਦੁਆਰੇ ਮੱਥਾ ਟੇਕਣ ਜਾਣ ਨੂੰ ਤਰਨ ਸਾਹਿਬ ਅਤੇ ਬਾਹਰ ਮੌਸਮ ਵੀ ਅੱਜ ਬੜਾ ਵਧੀਆ ਵਿਊ ਚੈੱਕ ਕਰੋ ਅਤੇ ਹੁਣ ਆਪਾਂ ਤੁਹਾਨੂੰ ਉੱਥੇ ਪਹੁੰਚ ਕੇ ਮਿਲਦੇ ਹਾਂ ਜਿਹੜਾ ਰਾਮਾ ਮੰਡੀ ਤੋਂ ਅੱਗੇ ਵਾਲਾ ਪੁੱਲ ਆ ਹੁਣ ਇੱਥੇ ਵੀ ਬਹੁਤ ਰਸ਼ ਹੋਣ ਲੱਗ ਪਿਆ ਕਿਉਂਕਿ ਆਹ ਪੁੱਲ ਬਣਦਾ ਪਿਆ ਨਵਾਂ ਅਤੇ ਪਰ ਹਲੇ ਬੰਦ ਹੀ ਆ ਪੁੱਲ ਦਾ ਕੰਮ ਤਾਂ ਵੀ ਬਣਦਾ ਤਾਂ ਹੈਗਾ ਇੱਥੇ ਇੱਥੇ ਰਸ਼ ਬਹੁਤ ਜ਼ਿਆਦਾ ਹੋਣ ਲੱਗ ਪਿਆ ਹੁਣ ਜ਼ਿਆਦਾ ਜਾਮ ਲੱਗਣ ਲੱਗ ਪਿਆ ਹੁਣ ਆਪਾਂ ਆਪਣੇ ਗੱਡੀ 'ਚ ਤੇਲ ਪਵਾਉਣ ਨੂੰ ਰੁਕੇ ਹਾਂ ਪੈਟਰੋਲ ਪੰਪ 'ਤੇ ਹੁਣ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸਾਹਿਬ ਮੇਲੇ ਕਰਕੇ ਰਸ਼ ਬਹੁਤ ਆ ਅਤੇ ਇਹਨਾਂ ਨੇ ਖੇਤਾਂ 'ਚ ਹੀ ਪਾਰਕਿੰਗ ਬਣਾਈ ਆ ਅਤੇ ਬਾਹਰ ਮਿੱਟੀ ਵੀ ਦੇਖੋ ਕਿੱਦਾਂ ਉੱਡਦੀ ਅਤੇ ਰਸ਼ ਦੇਖੋ ਕਿੰਨਾ ਤੁਸੀਂ ਪੂਰਾ ਭਰਿਆ ਹੀ ਪਿਆ ਮੱਥਾ ਟੇਕਣ ਨੂੰ ਵੀ ਕਾਫੀ ਟਾਈਮ ਲੱਗ ਜਾਣਾ ਵੈਸੇ ਤੋ ਵੀ ਆਪਾਂ ਪਹੁੰਚ ਚੁੱਕੇ ਹਾਂ ਅਤੇ ਰਸ਼ ਚੈੱਕ ਕਰੋ ਤੁਸੀਂ ਕਿੰਨਾ ਅਤੇ ਆਪਣੀ ਗੱਡੀ ਧਵਾਈ ਦਾ ਕੋਈ ਵੀ ਫਾਇਦਾ ਨਹੀਂ ਹੋਇਆ ਦੇਖੋ ਮਿੱਟੀ ਕਿੱਦਾਂ ਲੱਗੀ ਆ ਤੁਸੀਂ ਐਵੇਂ ਆਪਾਂ ਧਵਾ ਲਈ ਆਪਾਂ ਨੂੰ ਪਤਾ ਹੁੰਦਾ ਆਪਾਂ ਧਵਾਉਣੀ ਨਹੀਂ ਸੀ ਅਤੇ ਬਾਕੀ ਰਸ਼ ਤਾਂ ਬਹੁਤ ਹੀ ਆ ਉਹ ਦੇਖੋ ਤੁਸੀਂ ਟੈਂਟ ਵਗੈਰਾ ਲੱਗੇ ਹੋਏ ਉੱਥੇ ਮੇਲੇ ਕਰਕੇ ਦੇਖੋ ਆਪਣਾ ਸਾਂਭ ਕੇ ਲਿਆਣਾ ਸੰਗ ਜੀ ਅੰਦਰ ਸਾਂਭ ਕੇ ਰੱਜ ਦੇ ਵਿੱਚ ਖੜੇ ਹੋਣਾ ਸੰਗ ਜੀ ਰੱਜ ਦੇ ਵਿੱਚ
ਵੀ ਹੁਣ ਆਪਾਂ ਵਾਪਸ ਆ ਗਏ ਆ ਆਪਾਂ ਪਾਰਕਿੰਗ ਜੇ ਆ ਨੀਚੇ ਵੀ ਬਹੁਤ ਜ਼ਿਆਦਾ ਖੇਤ ਗਰਮ ਆ ਮਿੱਟੀ ਪੈਰ ਸੜਨ ਦੇ ਆਪਣੇ ਤੇ ਹੁਣ ਆਪਾਂ ਗੱਡੀ 'ਚ ਬਹਿ ਕੇ ਕਰਦੇ ਹਾਂ ਤੁਹਾਨੂੰ ਗੱਲ ਤੇ ਲਓ ਵੀ ਹੁਣ ਆਪਾਂ ਮੱਥਾ ਟੇਕ ਕੇ ਵਾਪਸ ਆ ਚੁੱਕੇ ਹਾਂ ਤੇ ਹੁਣ ਆਪਾਂ ਜਾਣ ਡਿਆ ਘਰ ਨੂੰ ਤੇ ਤੁਸੀਂ ਦੇਖਿਆ ਉੱਥੇ ਕਿੰਨੀ ਗਰਮੀ ਸੀਗੀ ਮੇਲੇ ਕਰਕੇ ਬਹੁਤ ਜ਼ਿਆਦਾ ਗਰਮੀ ਸੀ ਤੇ ਲੰਗਰ ਵੀ ਵੈਸੇ ਬਹੁਤ ਲੱਗੇ ਹੋਏ ਸੀਗੇ ਤੇ ਹੁਣ ਆਪਾਂ ਵਾਪਸ ਚੱਲੇ ਹਾਂ ਘਰ ਨੂੰ ਤੇ ਉੱਥੇ ਇੱਕ ਜਿਹੜੀ ਉਹਨਾਂ ਨੇ ਪਾਰਕਿੰਗ ਬਣਾਈ ਸੀਗੀ ਖੇਤਾਂ ਦੇ ਵਿੱਚ ਉੱਥੇ ਮਿੱਟੀ ਵੀ ਬਹੁਤ ਉੜਦੀ ਸੀਗੀ ਤੇ ਉੱਥੋਂ ਦੀ ਉਹ ਜਿਹੜੀ ਮਿੱਟੀ ਵੀ ਐਨ ਪੂਰੀ ਨੀਚੇ ਧਰਤੀ ਗਰਮ ਹੋਈ ਪਈ ਸੀਗੀ ਧੁੱਪ ਦੇ ਨਾਲ ਉਹਦੇ ਨਾਲ ਪੈਰ ਵੀ ਬਹੁਤ ਸੜਦੇ ਸੀਗੇ ਤੇ ਬਾਕੀ ਹੁਣ ਆਪਾਂ ਤੁਹਾਨੂੰ ਮਿਲਦੇ ਹਾਂ ਘਰੇ ਜਾ ਕੇ अज का अपना ब्लॉग आई होप तुहानू वधिया लग्या होगा तो लाइक कमेंट शेयर सबसक्राइब करना ना भूलो इदा की वीडियो लैके आप आवे रहेंगे।